ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਫਿਰੋਜ਼ਪੁਰ ਪਹੁੰਚੇ ਜਿੱਥੇ ਉਹਨਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਉਮੀਦਵਾਰਾਂ ਦਾ ਹੌਸਲਾ ਵਧਾਇਆ ਅਤੇ ਕਾਂਗਰਸ ਪਾਰਟੀ ਦੇ ਖੂਬ ਨਿਸ਼ਾਨੇ ਸਾਧੇ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਰਾਜ ਦੇ ਵਿੱਚ ਪੰਜਾਬ ਦੇ ਹਾਲਾਤ ਵੱਧ ਤੋਂ ਬਦਤਰ ਬਣ ਗਏ ਨੇ। ਨੋਮੀਨੇਸ਼ਨ ਫਾਰਮ ਭਰਨ ਆਏ ਉਮੀਦਵਾਰਾਂ ਦੇ ਨਾਲ ਸ਼ਰੇਆਮ ਧੱਕਾ ਕੀਤਾ ਜਾ ਰਿਹਾ, ਉਹਨਾਂ 'ਤੇ ਹਮਲਾ ਕਰਨ ਦੇ ਨਾਲ ਨਾਲ ਉਹਨਾਂ ਦੀਆਂ ਕਾਪੀਆਂ ਵੀ ਖੋਲੀਆਂ ਜਾ ਰਹੀਆਂ ਨੇ। DSP SSP ਦਾ ਹੁਕਮ ਮੰਨਣ ਦੀ ਬਜਾਏ ਵਿਧਾਇਕਾਂ ਦਾ ਹੁਕਮ ਮੰਨ ਰਹੇ ਨੇ, ਪਰ ਅਕਾਲੀ ਦਲ ਇਹ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੇਗਾ। ਜਿਹੜਾ ਹੈ ਫਿਰੋਜ਼ਪੁਰ ਦੇ ਵਿੱਚ ਜਿਹੜਾ ਹੈ ਨੋਮੀਨੇਸ਼ਨ ਸਮੂਥਫੁਲੀ ਹੋ ਰਹੇ, ਬਿਲਕੁਲ ਪੀਸਫੁਲੀ ਹੋ ਰਹੇ ਹੈ। ਦੇਖੋ ਕੱਲ੍ਹ ਦੀ ਘਟਨਾ ਬਾਰੇ ਹਾਲਾਤ ਹੈ, ਕੋਈ ਮੈਂਬਰ ਪਾਰਲੀਮੈਂਟ ਨੂੰ ਆਉਣਾ ਪਏ, ਸਾਰੇ ਲੋਕਾਂ ਨੂੰ ਆਉਣਾ ਪਏ, ਮੀਡੀਆ ਨੂੰ ਆਉਣਾ ਪਏ ਕਿ ਨੋਮੀਨੇਸ਼ਨ ਭਰਾਉਣ ਵਾਸਤੇ, ਕਿਉਂਕਿ ਉਹਨਾਂ ਦੀ ਕੋਸ਼ਿਸ਼ ਆਈ ਸੀ ਕਾਂਗਰਸ ਦੀ ਕਿ ਨੋਮੀਨੇਸ਼ਨ ਭਰ ਨਹੀਂ ਦੇਣੇ। ਡੈਮੋਕ੍ਰੇਸੀ ਦਾ ਘਾਣ ਤੁਸੀਂ ਦੇਖਿਆ, ਕੱਲ੍ਹ ਦੇਖਿਆ ਕਿਵੇਂ ਉਹਨਾਂ ਕਾਂਗਰਸ ਨੇ ਆਪਣੇ ਜ਼ੋਰ ਨਾਲ, ਪੁਲਿਸ ਦੇ ਜ਼ੋਰ ਨਾਲ ਆਪਣੇ ਗੈਂਗਸਟਰਾਂ ਨੂੰ ਬੁਲਾ ਕੇ, ਜਿਹੜੇ ਆਮ ਜਨਤਾ ਨੋਮੀਨੇਸ਼ਨ ਦੇਣ ਵਾਸਤੇ ਆਈ ਸੀ ਉਹਨਾਂ 'ਤੇ ਹਮਲਾ ਕੀਤਾ। ਇਹ ਤਾਂ ਮਾੜੀ ਗੱਲ ਕੀ ਹੈ? ਉਵੇਂ ਤੁਸੀਂ ਭਿੱਕੀ ਪਿੰਡ ਦੇਖਿਆ ਅੱਜ ਇਸ ਮਜਬੂਰਨ, ਕਿਉਂਕਿ ਸਾਨੂੰ ਸਾਰਾ ਇੱਥੇ ਆਉਣਾ ਪਿਆ, ਨਹੀਂ ਤਾਂ ਆਹੀ ਹੱਲ ਅੱਜ ਫਿਰੋਜ਼ਪੁਰ ਹੋਣਾ ਸੀ, ਜੀਰੇ ਹੋਣਾ ਸੀ ਅਤੇ ਇੱਥੇ ਆਪਣਾ ਗੁਰੂਗੜ੍ਹ ਸਾਹਿਬ ਹੋਣਾ ਸੀ। ਤੁਸੀਂ ਦੇਖਿਆ ਕਿ ਆਹ ਜ਼ਿਲ੍ਹਿਆਂ 'ਚ ਜਦੋਂ ਪੰਚਾਇਤ ਦੇ ਇਲੈਕਸ਼ਨ ਸੀ, ਕਿਸੇ ਸਰਪੰਚ ਦੇ ਓਪੋਜੀਸ਼ਨ ਦੇ ਕਾਗਜ਼ ਨਹੀਂ ਭਰਨ ਦਿੱਤੇ, ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀ ਦੇ ਇੱਕ ਕਾਗਜ਼ ਨਹੀਂ ਭਰਨ ਦਿੱਤੇ। ਇਹ ਤੋਂ ਵੱਧ ਗੁੰਡਾਗਰਦ ਕੀ ਆ? ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਆਹ ਸਾਰੇ ਕਾਂਗਰਸ ਦੇ ਇੱਥੇ ਲੋਕ ਹਾਰ ਮੰਨ ਚੁੱਕੇ ਆ। ਜੇ ਕਾਗਜ਼ ਰੱਦ ਕਰਾਉਣੇ ਦਾ ਮਤਲਬ ਉਹ ਆਪਣੀ ਹਾਰ ਮੰਨ ਚੁੱਕੇ ਹੈ। ਇਸ ਇਲਾਕੇ ਦੇ ਲੋਕ, ਪੰਜਾਬ ਦੇ ਲੋਕ ਆ ਦੁਖੀ ਆ ਕਾਂਗਰਸ ਤੋਂ। ਜਿੰਨੀ ਲੋਅ ਐਂਡ ਆਰਡਰ ਦੀ ਸਿਚੁਏਸ਼ਨ ਅੱਜ ਪੰਜਾਬ 'ਚ ਹੈ, ਗੁੰਡਾਗਰਦੀ ਸਿਚੁਏਸ਼ਨ ਅੱਜ ਪੰਜਾਬ 'ਚ ਹੈ, ਕਿਸੇ ਮਰਜ਼ੀ ਸ਼ਹਿਰ ਚਲੇ ਜਾਓ ਉੱਥੇ ਤੁਸੀਂ ਦੇਖੋ ਉਹ ਜਿੰਨੀਆਂ ਉੱਥੇ ਲੁੱਟ ਖੋਹਾਂ ਮਰਡਰ ਰੋਜ਼ ਹੋ ਰਹੇ ਹੈ। ਆਮ ਇਨਸਾਨ ਰਾਤ ਨੂੰ ਜਾਂ ਦਿਨੇ ਸੜਕ 'ਤੇ ਜਾ ਨਹੀਂ ਸਕਦਾ, ਲੇਡੀਜ਼ ਨਹੀਂ ਜਾ ਸਕਦੀਆਂ, ਕੋਈ ਡਰ ਹੈ ਕਿ ਉਹਨਾਂ ਦੇ ਇੱਕ ਪਰਸ ਖੋਲੂਗਾ, ਕੋਈ ਉਹਨਾਂ ਦੀ ਚੇਨ ਖੋਲੂਗਾ। ਆਹ ਤਾਂ ਹਾਲਾਤ ਬਣੇ ਪਏ। ਮੁੱਖ ਮੰਤਰੀ ਪਹਿਲਾਂ, ਜਿਹੜਾ ਮੁੱਖ ਮੰਤਰੀ ਨੂੰ ਕੋਈ ਪਰਵਾਹ ਨਹੀਂ, ਕੋਈ ਫਿਕਰ ਨਹੀਂ। ਸਰ ਮਾਹੌਲ ਅੱਜ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਦੁਕਾਨਾਂ ਦੇ ਅੰਦਰ ਸ਼ਟਰ ਬੰਦ ਕਰਕੇ ਕਾਫੀ ਲੋਕ ਜਿਹੜੇ ਅੰਦਰ ਬੈਠੇ ਸੀ, ਪੁਲਿਸ ਨੇ ਬਾਅਦ 'ਚ ਕੱਢੇ। ਮੈਂ ਵੀ ਕਹਿ ਰਿਹਾ ਕਿ ਦਹਿਸ਼ਤ ਦਾ ਮਾਹੌਲ ਹੈ, ਇਲੈਕਸ਼ਨ ਹੈ, ਜਨਤਾ ਨੇ ਫੈਸਲਾ ਕਰਨਾ ਹੈ। ਜੇ ਤੁਸੀਂ ਇਲੈਕਸ਼ਨ ਹੀ ਨਹੀਂ ਲੜਨ ਦੇਣਾ, ਇਹਦਾ ਮਤਲਬ ਤੁਸੀਂ ਗੁੰਡਾਗਰਦੀ ਤੋਂ ਆ ਗਏ ਹੋ, ਅਤੇ ਪੰਜਾਬ ਦੀ ਜਨਤਾ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਦੀ। ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਦਾ ਥਰੂਆਊਟ ਪੰਜਾਬ, ਸਿਵਲ ਅਤੇ ਪੁਲਿਸ ਐਡਮਿਨਿਸਟ੍ਰੇਸ਼ਨ ਮਤਲਬ ਨਾ ਹੀ ਮਤਲਬ ਲੈਣਾ ਬੰਦ ਕਰ ਦਿਓ। ਐਂ ਲੱਗਦਾ ਹੈ ਜਿਵੇਂ ਆਹ ਕਾਂਗਰਸ ਦੀ ਐਡਮਿਨਿਸਟ੍ਰੇਸ਼ਨ ਹੈ ਅਤੇ ਕਾਂਗਰਸ ਦੀ ਪੁਲਿਸ ਹੈ। ਥੈਂਕ ਯੂ। ਆਵਾਜ਼ ਕਮ ਟੀਵੀ ਲਈ ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।